ਸਬਸਕ੍ਰਾਈਬ ਕਰੋ ਦਵੇ ਪੰਜਾਬ ਟੀਵੀ ਪਿਛਲੇ ਦਿਨੀ ਪੁਲਵਾਮਾ ਅਤਵਾਦੀ ਹਮਲੇ ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਕੁਲਵਿੰਦਰ ਸਿੰਘ ਦੇ ਘਰ ਅੱਜ ਪੰਜਾਬੀ ਗਾਇਕ ਅਤੇ ਅਦਾਕਾਰ ਰঞ্জੀਤ ਬਾਵਾ ਪਹੁੰਚੇ ਇਸ ਦੌਰਾਨ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨਾਲ ਰঞ্জੀਤ ਬਾਵਾ ਨੇ ਮੁਲਾਕਾਤ ਕੀਤੀ ਤੇ 2.5 ਲੱਖ ਦੀ ਮਦਦ ਦਾ ਚੈੱਕ ਵੀ ਉਹਨਾਂ ਨੂੰ ਦਿੱਤਾ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਿੰਡ ਰੋਲੀ ਨੂਰਪੁਰ ਬੇਦੀ ਦੇ ਵਿੱਚ ਪਹੁੰਚਣ ਤੇ ਬਾਵਾ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਦੇ ਨਾਲ ਕੈਪਸ਼ਨ ਲਿਖੀ ਹੈ ਕਿ ਅੱਜ ਵੀਰ ਦੇ ਘਰ ਜਾ ਕੇ ਆਇਆ ਸਾਰਾ ਘਰ ਸੁੰਨਾ ਹੋ ਗਿਆ ਬਹੁਤ ਵੱਡਾ ਦੁੱਖ ਹੈ ਬਾਪ ਜੀ ਤੇ ਸਾਰੇ ਪਰਿਵਾਰ ਦੇ ਲਈ ਜੋ ਕਿ ਵੰਡਾਇਆ ਨਹੀਂ ਜਾ ਸਕਦਾ ਸਿਰਫ ਹੌਸਲਾ ਹੀ ਦੇ ਸਕਦੇ ਆ ਆਪਣੇ ਵੱਲੋਂ ਬਾਪੂ ਜੀ ਨੂੰ 22 ਲੱਖ ਰੁਪਏ ਦਾ ਚੈੱਕ ਦੇ ਕੇ ਆਇਆ ਤੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਸਲੂਟ ਕਰਦੇ ਆ ਬਾਪੂ ਜੀ ਦਾ ਕਹਿਣਾ ਸੀ ਕਿ ਮੇਰਾ ਸਿਰ ਉੱਚਾ ਕਰ ਗਿਆ ਤੇ ਸਾਡਾ ਸਭ ਦਾ ਵੀ ਰੰਜੀਤ ਬਾਵਾ ਨੇ ਆਪਣੇ ਚਾਹਣ ਵਾਲਿਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਬਣਦੀ ਮਦਦ ਸ਼ਹੀਦਾਂ ਦੇ ਪਰਿਵਾਰਾਂ ਦੀ ਜ਼ਰੂਰ ਕਰਨ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਰੰਜੀਤ ਬਾਵਾ ਨੇ ਅਤਵਾਦੀ ਹਮਲੇ ਦੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਚਾਰਾਂ ਸੈਨਿਕਾਂ ਨੂੰ 2.5 ਲੱਖ ਰੁਪਏ ਦੇਣ ਦੀ ਗੱਲ ਕੀਤੀ ਸੀ ਅਤੇ ਅੱਜ ਉਹਨਾਂ ਨੇ ਨੂਰਪੁਰ ਬੇਦੀ ਤੋਂ ਇਸ 2.5 ਲੱਖ ਦੇਣ ਦੀ ਸ਼ੁਰੂਆਤ ਕੀਤੀ ਹੈ న్యూਸ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦਵੇ ਪੰਜਾਬ ਟੀਵੀ